ਬੋਲੇ ਸੋਨਹਿ ਵਾਲੇ ਸਾਸਵੀ ਆਕਾਲ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖਬੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ ਦਰਸ਼ਕੋ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਹਰ ਵਾਰ ਕਿਸੇ ਉੱਗੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਭਾਵੇਂ ਉਮਰ ਕਰਕੇ ਮੇਰੇ ਤੋਂ ਕਾਫੀ ਛੋਟੇ ਨੇ ਬੀਬੀ ਪਰਨੀਤ ਕੌਰ ਕਾਦੀਆਂ ਜੋ ਅਜੋਕੇ ਸਮੇਂ ਵਿੱਚ ਪ੍ਰੋਫੈਸਰ ਪਰਨੀਤ ਕੌਰ ਕਾਦੀਆਂ ਵਜੋਂ ਵੀ ਜਾਣੇ ਜਾਂਦੇ ਨੇ ਜੋ ਕੀਰਤਨ ਦੀ ਸਿਖਲਾਈ ਦੇ ਨਾਲ-ਨਾਲ ਉੱਚ ਵਿਦਿਆ ਵੀ ਹਾਸਲ ਕਰਦੇ ਨੇ ਔਰ ਅੱਜ ਅਸੀਂ ਇਹਨਾਂ ਦੇ ਨਾਲ ਇੱਕ ਸਵਾਲ ਕਰਾਂਗੇ ਤਾਂ ਕਿ ਸਾਨੂੰ ਇਸ ਗੱਲ ਦੇ ਵਿੱਚੋਂ ਕੁਝ ਸੇਧ ਮਿਲ ਸਕੇ ਇਹ ਕੀਰਤਨ ਦੇ ਨਾਲ ਨਾਲ ਇਹ ਉੱਚ ਵਿੱਦਿਆ ਜਿਹੜੀ حاصل ਕਰਦੇ ਨੇ ਜਿਵੇਂ ਅਸੀਂ ਅਜੋਕੇ ਪ੍ਰਚਾਰ ਦੇ ਵਿੱਚ ਵੇਖੀਏ ਤੇ ਐਜੂਕੇਸ਼ਨ ਦਾ ਕਿੰਨਾ ਕੋ ਵੱਡਾ ਰੋਲ ਹੈ ਆਓ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਪੰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਮੈਂ ਜਿਵੇਂ ਤੁਸੀਂ ਕੀਰਤਨ ਦੇ ਨਾਲ ਨਾਲ ਉੱਚ ਵਿੱਦਿਆ ਵਾਲੇ ਪਾਸੇ ਤੁਹਾਡਾ ਬਹੁਤ ਜ਼ਿਆਦਾ ਰੁਝਾਨ ਹੈ ਟੀਚਿੰਗ ਲਾਈਨ ਦੇ ਵਿੱਚੋਂ ਜਿਵੇਂ ਕੀਰਤਨ ਦੀ ਗੱਲ ਕਰਾਂ ਤੇ ਕੀਰਤਨ ਦੀ ਸਿਖਲਾਈ ਤੁਸੀਂ ਕਦੋਂ ਤੋਂ ਸ਼ੁਰੂ ਕੀਤੀ ਹੈ ਮੈਂ ਆਪਣੀ ਕੀਰਤਨ ਦੀ ਸਿੱਖਲਾਈ 10 ਸਾਲ ਦੀ ਉਮਰ ਤੋਂ ਹੀ ਸ਼ੁਰੂ ਕੀਤੀ ਸੀ ਜੀ ਔਰ ਮੇਰੀ ਫੈਮਲੀ ਦੇ ਵਿੱਚ ਜਿਵੇਂ ਕਿ ਕੋਈ ਕੀਰਤਨ ਨਹੀਂ ਕਰਦਾ ਔਰ ਕੀਰਤਨ ਦੀ ਲਾਈਨ ਦੇ ਵਿੱਚ ਮੇਰੀ ਫੈਮਲੀ ਦੇ ਵਿੱਚ ਕੋਈ ਵੀ ਨਹੀਂ ਹੈ ਇਸ ਲਈ ਮੈਂ ਆਪਣਾ ਪਰਸਨਲ ਹੀ ਸਿੱਖਣਾ ਸ਼ੁਰੂ ਕੀਤਾ ਸੀ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਮੈਨੂੰ ਬਹੁਤ ਸਹਿਯੋਗ ਉਸ ਟਾਈਮ ਤੋਂ ਹੀ ਦਿੰਦੇ ਆ ਰਹੇ ਹੈ ਸਾਡੀ ਇੱਕ ਗੁਰਸਿੱਖ ਫੈਮਲੀ ਹੈ ਗੁਰਸਿੱਖ ਫੈਮਲੀ ਹੋਣ ਦੇ ਨਾਲ-ਨਾਲ ਸ਼ੁਰੂ ਤੋਂ ਹੀ ਅਸੀਂ ਪਾਠ ਕਰਦੇ ਸੀ ਘਰ ਦੇ ਵਿੱਚ ਜੀ ਪਾਠ ਦੇ ਨਾਲ ਨਾਲ ਗੁਰਬਾਣੀ ਮਾਤਾ ਪਿਤਾ ਸਾਨੂੰ ਪੜ੍ਹਾਉਂਦੇ ਸਨ ਔਰ ਹੌਲੀ ਹੌਲੀ ਕਰਕੇ ਕੀਰਤਨ ਕਰਨਾ ਸ਼ੁਰੂ ਕੀਤਾ ਸਿੱਖਲਾਈ ਲੈਣੀ ਸ਼ੁਰੂ ਕੀਤੀ ਜੀ ਔਰ ਜੋ ਸਿੱਖਲਾਈ ਸੀ ਮੈਂ ਕਾਦੀਆਂ ਤੋਂ ਹੀ ਸਰਦਾਰ ਤਰਮਿੰਦਰ ਸਿੰਘ ਜੀ ਰੋਬਿਨ ਉਸ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਜੀ ਬਟਾਲੇ ਤੋਂ ਹੋਲੀ-ਹੋਲੀ ਕਰਕੇ ਅੰਮ੍ਰਿਤਸਰ ਪ੍ਰੋਫੈਸਰ ਰਵੇਲ ਸਿੰਘ ਜੀ ਮੰਜੀ ਸਾਹਿਬ ਵਾਲੇ ਉਹਨਾਂ ਤੋਂ ਲਈ ਔਰ ਜੋ ਮੇਰੀ ਸਟੇਜ ਪਰਫਾਰਮੈਂਸ ਹੈਗੀ ਸੀ ਉਹ ਮੈਨੂੰ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ ਉਹਨਾਂ ਤੋਂ ਮੈਂ ਆਪਣੀ ਲੈਣੀ ਸ਼ੁਰੂ ਕੀਤੀ। ਬੇਕਾਫੀ ਐਸੇ ਨੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਉਸਤਾਦ ਮਿਲੇ ਨੇ, ਪ੍ਰੋਫੈਸਰ ਮਿਲੇ ਨੇ ਜਿਨ੍ਹਾਂ ਦੇ ਕੋਲੋਂ ਤੁਸੀਂ ਇਹ ਸਿੱਖਿਆ ਹਾਸਲ ਕੀਤੀ ਹੈ। ਹਾਂਜੀ। ਪਰ ਮੈਂ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹੁੰਨਾ ਤੁਸੀਂ ਕੀਰਤਨ ਨੂੰ ਇੱਕ ਪੇਸ਼ੇ ਵਜੋਂ ਲੈ ਰਹੇ ਹੋ ਜਾਂ ਕਿ ਸ਼ੌਂਕ ਵਜੋਂ ਲੈ ਰਹੇ ਹੋ? ਮੱਖੂ ਜੀ ਬੜਾ ਅੱਛਾ ਸਵਾਲ ਤੁਸੀਂ ਕੀਤਾ। ਜੀ। ਕੇ ਕੀਰਤਨ ਅਸੀਂ ਪੇਸ਼ੇ ਵੱਲੋਂ ਲੈ ਰਹੇ ਆਂ ਕਿ ਅਸੀਂ ਇੱਕ ਸ਼ੌਂਕ ਵੱਲੋਂ ਲੈ ਰਹੇ ਆਂ ਜੀ ਦੇਖੋ ਹਰ ਇੱਕ ਇਨਸਾਨ ਦੀਆਂ ਕੁਝ ਲੋੜਾਂ ਹੁੰਦੀਆਂ ਨੇ ਜੀ ਜਿਵੇਂ ਕਿ ਅਸੀਂ ਇੱਕ ਤੁਸੀਂ ਆਪਣੀ ਗੱਲ ਕਰੋ ਔਰ ਮੇਰੀ ਗੱਲ ਕਰੋ ਹਮ ਅਸੀਂ ਇੱਕ ਲਾਈਨ ਦੇ ਨਾਲ ਹੀ ਤਾਲੁਕ ਰੱਖਦੇ ਆਂ ਜੀ ਕਿਉਂਕਿ ਮੇਰੀ ਕੀਰਤਨ ਦੀ ਲਾਈਨ ਹੈ ਜੀ ਔਰ ਤੁਹਾਡੀ ਪ੍ਰਚਾਰਕ ਦੀ ਐਜ਼ ਅ ਕਥਾਵਾਚਕ ਤੁਹਾਡੀ ਲਾਈਨ ਹੈ ਜੀ ਜਿਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਦੋਨਾਂ ਦੀ ਜੋ ਲਾਈਨ ਹੈ ਉਹ ਤਕਰੀਬਨ ਸੇਮ ਹੈ ਸੇਮ ਹੈ ਠੀਕ ਹੈ ਨਾ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਔਰ ਇਹ ਦੇਖੋ ਕਿ ਜੋ ਤੁਹਾਡੀ ਲੋੜ ਹੈ ਮੇਰੀ ਵੀ ਲੋੜ ਹੈ ਬਿਲਕੁਲ ਕਿ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪ੍ਰੋਗਰਾਮ ਕਰਨ ਜਾਂਦੇ ਹੋ ਤੁਹਾਨੂੰ ਤੁਹਾਡੀ ਗੱਡੀ ਦੇ ਵਿੱਚ ਪੈਟਰੋਲ ਵੀ ਚਾਹੀਦਾ ਜੀ ਮੈਨੂੰ ਵੀ ਚਾਹੀਦਾ ਹਮ ਹਮ ਔਰ ਅਗਰ ਮੈਂ ਇਹ ਦੇਖਾਂ ਕਿ ਮੈਂ ਆਪਣੇ ਪੇਸ਼ੇ ਦੇ ਵਿੱਚੋਂ ਹਮ ਹਮ ਮੈਂ ਆਪਣੀ ਟੀਚਿੰਗ ਲਾਈਨ ਦੇ ਵਿੱਚੋਂ ਅਗਰ ਮੈਂ ਇਹ ਖਰਚਾ ਕਰਾਂ 뎃 ਵਾਸ 뎃 ਇਜ਼ ਇੰਪੋਸੀਬਲ ਫਾਰ ਮੀ ਓਕੇ ਕਿਉਂਕਿ ਮੇਰੇ ਵੱਸੇ ਪੋਸੀਬਲ ਨਹੀਂ ਹੈ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਚਾਹਾਂਗੀ ਸਰਲ ਸ਼ਬਦਾਂ ਦੇ ਵਿੱਚ ਕਿ ਮੈਂ ਕੀਰਤਨ ਨੂੰ ਆਪਣੇ ਸ਼ੌਂਕ ਵਜੋਂ ਲੈਂਦੀ ਹਾਂ ਜੀ ਕਿ ਜਿਹਦੇ ਨਾਲ ਮੈਨੂੰ ਇੱਕ ਰੂਹਾਨੀ ਤਾਕਤ ਮਿਲਦੀ ਹੈ ਜੀ ਔਰ ਇੱਕ ਸੈਟੀਸਫੈਕਸ਼ਨ ਮੈਨੂੰ ਮਹਿਸੂਸ ਹੁੰਦੀ ਹੈ ਕਿ ਮੈਂ ਗੁਰੂ ਘਰ ਦੇ ਨਾਲ ਜੁੜੀ ਹੋਈ ਹਾਂ ਔਰ ਸੰਗਤ ਦੀ ਪਿਆਰ ਦੇ ਸਦਕਾ ਮੈਂ ਕੀਰਤਨ ਦੀ ਲਾਈਨ ਦੇ ਵਿੱਚ ਔਰ ਸਤਿਗੁਰੂ ਮੇਰੇ ਤੋਂ ਸੇਵਾ ਲੈ ਰਿਹਾ ਮੈਂ ਸਭ ਨੂੰ ਇਹੀ ਕਹਿਣੀ ਆ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੇਰੇ ਫੈਮਲੀ ਦੇ ਵਿੱਚੋਂ ਕੋਈ ਨਹੀਂ ਹੈ ਔਰ ਨਾਲ ਦੇ ਨਾਲ ਮੈਨੂੰ ਸਪੋਰਟ ਮੇਰੀ ਫੈਮਲੀ ਦੀ ਹੀ ਹੋਈ ਹੈ ਜੀ ਔਰ ਮੈਨੂੰ ਇਸ ਚੀਜ਼ ਵੱਲ ਧਿਆਨ ਦੇਣਾ ਪੈਣਾ ਸੀਗਾ ਕਿ ਮੈਂ ਐਜੂਕੇਸ਼ਨ ਵੱਲ ਵੀ ਆਪਣਾ ਧਿਆਨ ਜਾਰੀ ਰੱਖਾਂ ਔਰ ਕੀਰਤਨ ਵੀ ਮੇਰਾ ਸ਼ੌਂਕ ਹੈ ਉਹਦੇ ਵੱਲ ਵੀ ਮੈਂ ਆਪਣਾ ਧਿਆਨ ਜਾਰੀ ਰੱਖਾਂ ਅਗਰ ਮੈਂ ਦੋਨਾਂ ਚੋਂ ਇੱਕ ਚੀਜ਼ ਵੀ ਛੋੜਦੀ ਆ ਦੈਨ ਮੈਂ ਸੋਚਾਂਗੀ ਕਿ ਮੇਰੇ ਵਾਸਤੇ ਦੋਨੋਂ ਹੀ ਇੰਪੋਸੀਬਲ ਹਨ ਜੀ 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 ਬਿਨਾ ਕੀਰਤਨ ਛੱਡਿਆ ਜਾ ਸਕਦਾ ਨਾ ਐਜੂਕੇਸ਼ਨ ਛੱਡੀ ਜਾ ਸਕਦੀ ਹੈ ਪਰ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਉੱਚ ਵਿੱਦਿਆ ਹਾਸਲ ਕਰਦੇ ਹੋ ਤੇਦਰੋ ਕੀਰਤਨ ਦੀ ਸਿੱਖਲਾਈ ਤੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ ਨਹੀਂ ਮੈਨੂੰ ਹੁਣ ਤੱਕ ਨਹੀਂ ਆਈ ਕਿਉਂਕਿ ਜਿਸ ਟਾਈਮ ਮੈਂ ਕਾਲਜ ਦੀ ਹੁਣ ਤੱਕ ਨਹੀਂ ਆਈ ਮੇਰੇ ਖਿਆਲ ਐਸਾ ਹੋ ਸਕਦਾ ਆ ਦਰਸ਼ਕੋ ਅਕਸਰ ਸਾਡੇ ਕੋਲ ਸਟੂਡੀਓ ਦੇ ਵਿੱਚ ਕੁਝ ਭੈਣਾ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਕਿ ਮਾਪਿਆਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਅਸੀਂ ਉੱਚ ਵਿੱਦਿਆ ਵੀ ਖਾਸਲ ਕੀਤੀ ਹੈ ਤੇ ਅਸੀਂ ਕੀਰਤਨ ਦੀ ਸਿਖਲਾਈ ਔਰ ਸਟੇਜ ਪਰਫਾਰਮੈਂਸ ਜਿਹੜੀ ਹੈ ਉਹ ਵੀ ਆਪਣੀ ਜਾਰੀ ਰੱਖੀ ਹੈ ਪਰ ਕਈ ਵਾਰੀ ਐਸਾ ਹੋ ਜਾਂਦਾ ਕਿ ਸ਼ਾਦੀ ਤੋਂ ਬਾਅਦ ਉਹ ਚੀਜ਼ਾਂ ਜਿਹੜੀਆਂ ਨੇ ਜਿਵੇਂ ਹੁਣ ਭੈਣ ਜੀ ਨੇ ਸਾਨੂੰ ਦੱਸਿਆ ਕਿ ਕੀਰਤਨ ਛੱਡਣਾ ਵੀ ਮੇਰੇ ਲਈ ਬੜਾ ਔਖਾ ਹੈ ਤੇ ਐਜੂਕੇਸ਼ਨ ਛੜਨੀ ਵੀ ਬੜੀ ਔਖੀ ਹੈ ਮਾਪਿਆਂ ਦਾ ਸਹਿਯੋਗ ਹੈ ਉਹ ਕੀਰਤਨ ਵਾਲੇ ਵੀ ਕੋਈ ਰੁਕਾਵਟ ਨਹੀਂ ਐਜੂਕੇਸ਼ਨ ਵਾਲੇ ਵੀ ਕੋਈ ਰੁਕਾਵਟ ਨਹੀਂ ਔਰ ਮੈਂ ਹਾਸਲ ਕਰਦੀ ਜਾ ਰਹੀ ਹਾਂ ਪਰ ਕਈ ਵਾਰੀ ਬ੍ਰੇਕ ਇੱਥੇ ਕਿਤੇ ਜਾ ਕੇ ਲੱਗਦੀ ਪੈਂਦੀ ਹੈ ਇਸ ਗੱਲ ਨਾਲ ਤੁਸੀਂ ਕਿੰਨੀ ਕੋ ਸਹਿਮਤੀ ਰੱਖਦੇ ਹੋ ਭਾਵੇਂ ਤੁਹਾਡੀ ਜੀ ਸ਼ਾਦੀ ਨਹੀਂ ਹੋਈ ਪਰ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਐਸੀਆਂ ਭੈਣਾਂ ਹੋਣਗੀਆਂ ਐਸੀਆਂ ਤੁਹਾਡੀਆਂ ਫਰੈਂਡਸ ਹੋਣਗੀਆਂ ਹੈਨਾ ਕਿਉਂਕਿ ਮੈਂ ਤਾਂ ਸਾਰਿਆਂ ਨੂੰ ਭੈਣਾਂ ਕੀ ਕਹਾਂਗਾ ਉਹਨਾਂ ਦੇ ਵਿੱਚੋਂ ਕੁਝ ਐਸੀ ਤੁਹਾਡੇ ਸਾਹਮਣੇ ਇੱਕ ਐਸੀ ਉਦਾਹਰਨ ਆਈ ਹੈ ਕਿ ਕੋਈ ਬੱਚੀ ਕੀਰਤਨ ਵੀ ਕਰਦੀ ਹੋਵੇ ਐਜੂਕੇਸ਼ਨ ਵੀ ਹਾਸਲ ਕਰਦੀ ਹੋਵੇ ਉਹ ਉਸ ਸਮੇਂ ਤੇ ਕੋਈ ਰੁਕਾਵਟ ਨਹੀਂ ਹੈ ਪਰ ਸ਼ਾਦੀ ਤੋਂ ਬਾਅਦ ਐਜੂਕੇਸ਼ਨ ਲੈਣ ਵਾਸਤੇ ਤੇ ਤੁਹਾਨੂੰ ਰੁਕਾਵਟ ਕਿਸੇ ਪ੍ਰਕਾਰ ਦੀ ਨਹੀਂ ਹੈ ਪਰ ਕੀਰਤਨ ਬਲੇ ਤੁਹਾਨੂੰ ਰੁਕਾਵਟ ਪੈ ਜਾਂਦੀ ਕੋਈ ਐਸੀ ਕੋਈ ਇੱਕ ਉਦਾਹਰਨ ਹੋਵੇ ਸ਼ਾਦੀ ਤੋਂ ਬਾਅਦ ਨਹੀਂ ਸ਼ਾਦੀ ਤੋਂ ਪਹਿਲਾਂ ਵੀ ਕਈ ਲੜਕੀਆਂ ਕੀਰਤਨ ਕਰਦੀਆਂ ਕਰਦੀਆਂ ਛੱਡ ਦਿੰਦੀਆਂ ਕਿਸ ਗੱਲ ਤੋਂ ਇੱਕ ਤਾਂ ਉਹਦੋਂ ਕੀ ਰੁਕਾਵਟ ਪੈ ਜਾਂਦੀ ਹੈ ਇੱਕ ਤਾਂ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ ਹੂੰ ਕੀ ਸਟੇਜਸ ਨਹੀਂ ਮਿਲਦੀਆਂ ਕੋਈ ਪ੍ਰਮੋਟ ਕਰਨ ਵਾਲਾ ਨਹੀਂ ਹੈ ਕਿ ਜਿਆਦਾਤਰ ਅਸੀਂ ਕਹਿ ਸਕਦੇ ਹਾਂ ਪ੍ਰਬੰਧਕ ਇਹ ਕਹਿੰਦੇ ਆ ਕਿ ਲੇਡੀਆਂ ਇੱਥੇ ਨਹੀਂ ਬੁਲਾਣੇ ਅਸੀਂ ਜੀ ਠੀਕ ਹੈ ਔਰ ਸੈਕਿੰਡਲੀ ਅਸੀਂ ਦੇਖਦੇ ਹਾਂ ਕਿ ਕਿਸੇ ਵੇਲੇ ਸਾਡੇ ਨਾਲ ਵੀ ਇਹੋ ਜਿਹੀਆਂ ਪ੍ਰੋਬਲਮਸ ਆਈਆਂ ਔਰ ਮੈਂ ਕਹਿੰਦੀ ਆ ਕਿ ਤਕਰੀਬਨ ਜੋ ਮੇਰੀਆਂ ਭੈਣਾਂ ਕੀਰਤਨ ਕਰਦੀਆਂ ਜਾਂ ਕੋਈ ਕਥਾਵਾਚਕ ਨੇ ਜਾਂ ਕੋਈ ਢਾਡੀ ਜੱਥੇ ਨੇ ਜੀ ਉਹਨਾਂ ਨਾਲ ਵੀ ਇਹ ਪ੍ਰੋਬਲਮਸ ਆਈਆਂ ਹੋਣਗੀਆਂ ਔਰ ਇੱਥੋਂ ਤੱਕ ਕਿ ਜੈਂਟਸ ਜੱਥਿਆਂ ਨਾਲ ਵੀ ਇਹ ਪ੍ਰੋਬਲਮਸ ਆਂਦੀ ਹੈ ਕਿ ਕਈ ਪ੍ਰਬੰਧਕ ਇਹੋ ਜਿਹੇ ਹੁੰਦੇ ਆ ਪਹਿਲਾਂ 2-2 ਮਹੀਨੇ ਪਹਿਲਾਂ ਫੋਨ ਕਰਕੇ ਪ੍ਰੋਗਰਾਮ ਬੁੱਕ ਕਰਵਾਉਂਦੇ ਆ ਤੁਸੀਂ ਸਟ੍ਰੀਸ ਤਾਂ ਜਾਣੋ ਹਮ ਹਮ ਪਹਿਲਾਂ 2-2 ਮਹੀਨੇ ਪਹਿਲਾਂ ਫੋਨ ਕਰਕੇ ਪ੍ਰੋਗਰਾਮ ਬੁੱਕ ਕਰਵਾਉਂਦੇ ਆ ਪਰ ਐਟ ਦਿਸ ਪੋਟ ਆ ਕੇ ਕਹਿੰਦੇ ਆ ਜੀ ਨਹੀਂ ਅਸੀਂ ਤੁਹਾਨੂੰ ਬੁਲਾ ਨਹੀਂ ਸਕਦੇ ਜਾਂ ਕਿਸੇ ਵੱਲ ਫੋਨ ਹੀ ਨਹੀਂ ਪਿਕ ਕਰਦੇ ਕਾਰਨ ਕਾਰਨ ਉਹਨਾਂ ਨੂੰ ਪਤਾ ਹੋਏ ਜੀ 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 ਅਸੀਂ ਇਹ ਕਹਿ ਸਕਦੇ ਹਾਂ ਕਿ ਕਾਰਨ ਸਾਨੂੰ ਨਹੀਂ ਪਤਾ ਕੀ ਕਾਰਨ ਹੈ ਲੇਕਿਨ ਇਹੋ ਜਿਹੇ ਪ੍ਰੋਬਲਮਸ ਆਉਂਦੀਆਂ ਨੇ ਔਰ ਮੇਰੇ ਨਾਲ ਕੁਝ ਨਿਕਲ ਚਲੋ ਇੱਕ ਹੀ ਪ੍ਰੋਬਲਮ ਆ ਗਈ ਕੱਲੇ ਜਾਣ ਆਉਣ ਦੀ ਪ੍ਰੋਬਲਮ ਆ ਗਈ ਠੀਕ ਹੈ ਜੀ ਇਹ ਆ ਗਈਆਂ ਇਸ ਤੋਂ ਇਲਾਵਾ ਹੋਰ ਕਿਹੜੀਆਂ ਐਸੀਆਂ ਪ੍ਰੋਬਲਮਸ ਨੇ ਜਿਹੜੀਆਂ ਅੱਜ ਦੀ ਇਸ ਇੰਟਰਵਿਊ ਦੇ ਦੌਰਾਨ ਇੱਕ ਇੱਕ ਪਰਸਨਲ ਪਰਨੀਤ ਕੋਰ ਦੀ ਇੰਟਰਵਿਊ ਨਾ ਰਹੇ ਇਹ ਹਰ ਇੱਕ ਭੈਣ ਦੇ ਦਰਦ ਦੀ ਗੱਲ ਬਣ ਜਾਵੇ ਆਪਾਂ ਇਹਨੂੰ ਇਸ ਢੰਗ ਦੇ ਵਿੱਚ ਪੇਸ਼ ਕਰ ਲਈਏ ਹੋਰ ਲੇਡੀਜ਼ ਨੂੰ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਦਰਸ਼ਕੋ ਸਾਨੂੰ ਇਹ ਜਾਨਣਾ ਪਏਗਾ ਜਿਵੇਂ ਭੈਣ ਜੀ ਨੇ ਦੱਸਿਆ ਵੀ ਕਈ ਐਸੇ ਪੇਰੈਂਟਸ ਨੇ ਜਿਹੜੇ ਬੱਚਿਆਂ ਦੇ ਨਾਲ ਸਹਿਯੋਗ ਕਰਦੇ ਹੀ ਨਹੀਂ ਉਹ ਕਹਿੰਦੇ ਨਹੀਂ ਆਪਾਂ ਕੀ ਲੈਣਾ ਤੁਸੀਂ ਐਜੂਕੇਸ਼ਨ ਹਾਸਲ ਕਰੋ ਕੀ ਰਿਤਨ ਵਾਲੇ ਪਾਸੇ ਆਪਾਂ ਤੁਰਨਾ ਹੀ ਨਹੀਂ ਹੈ ਕੱਲ ਤੋਂ ਪਤਾ ਨਹੀਂ ਮੁੰਡਾ ਕਿਹੋ ਜਿਹਾ ਮਿਲੇਗਾ ਕਿਹੋ ਜਿਹਾ ਨਹੀਂ ਉਹ ਪਹਿਲਾਂ ਕੀ 네ਗੇਟਿਵ ਖੁੰਦੇ ਨੇ ਉਹ ਬੱਚੇ ਨੂੰ ਇਸ ਪਾਸੇ ਭੁੰਦੇ ਨਹੀਂ ਐ ਜੇ ਮਾਪੇ ਸਹਿਯੋਗ ਕਰਦੇ ਨੇ ਤੇ ਭੈਣ ਜੀ ਨੇ ਦੱਸਿਆ ਵੀ ਪ੍ਰਬੰਧਕ ਕਈ ਵਾਰੀ ਸਹਿਯੋਗ ਨਹੀਂ ਕਰਦੇ ਜੇ ਕਿਸੇ ਜਗ੍ਹਾ ਦੇ ਉੱਪਰ ਪ੍ਰਬੰਧਕ ਸਹਿਯੋਗ ਕਰਦੇ ਨੇ ਤੇ ਮਾਪੇ ਕਹਿੰਦੇ ਬੇਟਾ ਹਰ ਜਗ੍ਹਾ ਤੇਰੇ ਨਾਲ ਸਾਡੇ ਕੋਲ ਜਾਇਆ ਨਹੀਂ ਜਾ ਰਿਆ ਕਿਉਂਕਿ ਆਪਣਾ ਕੰਮ-ਕਾਰ ਛੱਡਣਾ ਪੈਂਦਾ ਆਪਾਂ ਉਸ ਤਰ੍ਹਾਂ ਵੀ ਨਿਸ਼ਕਾਮ ਆ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਜਿਹੜੀ ਗੱਲ ਮੈਂ ਕੀਤੀ ਸੀ ਦਰਸ਼ਕੋ ਕਿਸੇ ਦੇ ਮਨ ਦੇ ਵਿੱਚ ਖਿਆਲ ਨਾ ਆਵੇ ਕਿਉਂਕਿ ਅੱਜ ਇਸ ਬੱਚੀ ਦੇ ਮਦਰ ਫਾਦਰ ਵੀ ਆਏ ਨੇ ਜਦੋਂ ਇਹਨਾਂ ਦੇ ਪਿਤਾ ਜੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਸਾਨੂੰ ਇੱਕ ਛੋਟੀ ਜਿਹੀ ਗੱਲ ਪਤਾ ਲੱਗੀ ਹੈ ਪਨੀਤ ਕੌਰ ਜੀ ਕਿ ਤੁਹਾਡੀ ਐਜੂਕੇਸ਼ਨ ਜਾਂ ਤੁਹਾਡੀ ਕਾਬਲੀਅਤ ਵੱਲ ਵੇਖ ਕੇ ਹਰ ਕੋਈ ਕਹਿੰਦਾ ਕਿ ਇਹ ਬੱਚੀ ਸਾਡੇ ਘਰ ਦਾ ਸ਼ਿੰਗਾਰ ਬਣੇ ਜਾਂ ਸਾਡੇ ਘਰ ਦੇ ਵਿੱਚ ਇਹ ਬੱਚੀ ਆਵੇ ਪਰ ਕਈ ਵਾਰੀ ਮੈਨੂੰ ਸੁਣਨ ਦੇ ਵਿੱਚ ਆਇਆ ਤੁਹਾਡੇ ਪਿਤਾ ਜੀ ਕੋਲੋਂ ਵੀ ਤੁਹਾਡੇ ਕੀਰਤਨ ਨੂੰ ਲੈ ਕੇ ਕਿਹਾ ਜਾਂਦਾ ਵੀ ਸ਼ੌਂਕ ਵੱਜੋ ਘਰ ਤੇ ਕਰ ਲਾ ਪਰ ਸਟੇਜ ਦੇ ਉੱਪਰ ਨਹੀਂ ਇਹ ਕਿਉਂ ਐਸਾ ਹੋ ਰਿਹਾ ਹੈ ਕਿਉਂਕਿ ਤੁਸੀਂ ਕੀਰਤਨ ਲਾਈਨ ਦੇ ਵਿੱਚ ਵੀ ਬੜੀ ਬੱਚੇ ਮਿਹਨਤ ਕੀਤੀ ਹੈ ਔਰ ਤੁਸੀਂ ਉਸ ਰੁਤਬੇ ਨੂੰ ਹਾਸਲ ਕੀਤਾ ਜਦੋਂ ਅੱਜ ਐਸੀ ਗੱਲ ਤੁਹਾਡੇ ਕੰਨ ਦੇ ਵਿੱਚ ਪੈਂਦੀ ਹੈ ਕਿ ਬਾਕੀ ਉਹ ਕਹਿੰਦੇ ਠੀਕ ਹੈ ਲੜਕੀ ਦੀ ਟੀਚਿੰਗ ਲਾਈਨ ਠੀਕ ਹੈ ਐਜੂਕੇਸ਼ਨ ਠੀਕ ਹੈ ਕਦ ਕਾ ਠੀਕ ਹੈ ਸਭ ਕੁਝ ਓਕੇ ਹੈ ਪਰ ਕੀਰਤਨ ਜਿਹੜਾ ਆ ਉਹ ਘਰ ਦੇ ਵਿੱਚ ਤੇ ਕਰਲੇ ਪਰ ਅਸੀਂ ਸਟੇਜ ਤੇ ਨਹੀਂ ਕਰਨਦੇ ਨਾ ਉਸ ਸਮੇਂ ਤੁਸੀਂ ਕੀ ਮਹਿਸੂਸ ਕਰਦੇ ਹੋ ਇਹ ਕਹਿਣਾ ਤਾਂ ਔਖਾ ਕਿ ਉਸ ਸਮੇਂ ਕੀ ਮਹਿਸੂਸ ਕਰਦੇ ਆ ਪਰ ਅਸੀਂ ਇਹ ਗੱਲ ਕਹਿ ਸਕਦੇ ਆ ਕਿ ਇੱਕ ਕੋਈ ਇਨਸਾਨ ਦੀ ਸੋਚ ਅਸੀਂ ਕਹਿ ਸਕਦੇ ਹਾਂ ਕਿ ਕਿੰਨੀ ਡਿਵੈਲਪ ਨਹੀਂ ਹੈ ਹਮ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਅੱਜ ਸਟੇਜਿਸ ਤੇ ਬੈਠ ਕੇ ਇਹ ਗੱਲ ਜ਼ਰੂਰ ਕਹੀ ਜਾਂਦੀ ਹੈ ਕਿ ਸਾਡੀਆਂ ਪੜਣਾ ਬਾਣੀ ਪੜਨ ਹਮ ਅਸੀਂ ਦੇਖਦੇ ਹਾਂ ਸਾਡੀਆਂ ਪੜਣਾ ਬਾਣੀ ਪੜਨ ਕੀਰਤਨ ਕਰਨ ਤਾਂ ਹੀ ਕੱਲ ਨੂੰ ਆਪਣੇ ਪਰਿਵਾਰ ਨੂੰ ਜੋੜਨ ਗਿਆ ਲੇਕਿਨ ਜਦੋਂ ਇੱਥੇ ਇੱਕ ਇਹੋ ਜੀ ਗੱਲ ਆਂਦੀ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਕੀਰਤਨ ਆਪਣੀ ਬੱਚੀ ਨੂੰ ਨਹੀਂ ਕਰਨ ਦੇਣਾ ਹਮ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਲੋਕਾਂ ਦੇ ਜੋ ਸੋਚ ਹੈ ਉਹ ਡਿਵੈਲਪ ਹੈ ਜੀ ਕਿਉਂਕਿ ਕੋਈ ਕੀਰਤਨ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਹੂੰ ਕੋਈ ਕੀਰਤਨ ਕਰਨਾ ਗੁਰੂ ਘਰ ਦੇ ਨਾਲ ਅਸੀਂ ਜੁੜੇ ਹੋਏ ਆ ਕੋਈ ਮਾੜੀ ਗੱਲ ਨਹੀਂ ਹੈ ਇਹਦੇ ਵਿੱਚ ਤੁਸੀਂ ਆਪ ਸਮਝਦਾਰ ਹੋ ਕਿ ਇਹਦੇ ਵਿੱਚ ਕਿਹੜੀ ਬੁਰਾਈ ਹੈ ਜੀ ਅਸੀਂ ਗੁਰੂ ਘਰ ਨਾਲ ਜੁੜੇ ਆ ਗੁਰਬਾਣੀ ਪੜ ਰਹੇ ਆ ਗੁਰਬਾਣੀ ਸੁਣ ਰਹੇ ਆ ਹੂੰ ਜਿੱਥੇ ਜਾਵਾਂਗੇ ਗੁਰਬਾਣੀ ਦੇ ਨਾਲ ਹੀ ਗੁਰੂ ਘਰ ਦੇ ਨਾਲ ਹੀ ਅਸੀਂ ਜੋੜਾਂਗੇ ਜੀ ਪਰ ਜਿੰਨਾ ਲੋਕਾਂ ਦੀ ਸੋਚ ਹੀ ਡਿਵੈਲਪ ਨਹੀਂ ਹੈ ਅਸੀਂ ਉਹਨਾਂ ਦਾ ਕੀ ਕਰਤਾ ਕਰੀਏ ਫਿਰ ਪ੍ਰਬੰਧਕ ਫਿਰ ਅਗਲਾ ਸੌਰਾਕਰ ਜਦਕਿ ਇਹ ਕਿਸੇ ਬੱਚੇ ਨੂੰ ਪ੍ਰੋਬਲਮਸ ਨਹੀਂ ਆਉਂਦੀਆਂ ਬੱਚੇ ਨੂੰ ਜਿਆਦੀਆਂ ਆਉਂਦੀਆਂ ਨੇ ਤੁਹਾਨੂੰ ਕੀ ਲੱਗਦਾ ਜਿਵੇਂ ਈਸਾਈ ਧਰਮ ਦੇ ਅੰਦਰ ਦੇਖਦੇ ਆਂ ਬੀਬੀਆਂ ਪ੍ਰਚਾਰਕ ਬਹੁਤ ਜਿਆਦੀਆਂ ਮਿਲਣਗੀਆਂ ਹਾਂਜੀ ਪਰ ਸਿੱਖੀ ਦੇ ਵਿੱਚ ਸਾਡੀਆਂ ਬੀਬੀਆਂ ਬਹੁਤ ਘੱਟ ਪ੍ਰਚਾਰਕ ਮਿਲਣਗੀਆਂ ਟਾੜੀ ਜਿੱਥੇ 100 ਦੇ ਵਿੱਚੋਂ ਕੋਈ 4 ਕਹਿ ਲਈਏ ਇਹ ਕਥਾ ਦੇ ਵਿੱਚ ਕੋਈ 100 ਦੇ ਵਿੱਚੋਂ 4 ਕਹਿ ਲਈਏ ਜੇ ਮੈਂ ਕਹਾਂ ਨਾ ਅਨੇਕ ਤਰੀਕੇ ਨਾਲ ਜੇ ਜਥੀਆਂ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਵਿੱਚ ਵੀ ਕਹਿ ਲਈਏ ਬੱਚਿਆਂ ਦਾ ਇਸ ਪਾਸੇ ਘਟ ਆਉਣ ਦਾ ਤੁਹਾਡੇ ਮੁਤਾਬਕ ਮੇਨ ਕਾਰਨ ਕੀ ਹੈ ਇੱਕ ਤਾਂ ਜੋ ਪਹਿਲਾਂ ਮੈਂ ਕਹਿਆ ਪ੍ਰੋਮੋਸ਼ਨ ਨਹੀਂ ਹੈ ਜੀ ਪ੍ਰਮੋਟ ਨਹੀਂ ਕਰਦਾ ਕੋਈ ਵੀ ਕਿਸੇ ਵੇਲੇ ਪੇਰੈਂਟਸ ਦਿੰਦੇ ਆ ਸਾਥ ਪਰ ਆਪਣੀ ਕਲਾ ਦੇ ਰਾਹੀ ਪ੍ਰੋਮੋਟ ਹੋਣਾ ਹੁੰਦਾ ਹੈ ਨਾ ਕਿਸ ਚੀਜ਼ ਦੀ ਪ੍ਰੋਮੋਸ਼ਨ ਦੀ ਤੁਸੀਂ ਗੱਲ ਕਰਦੇ ਹੋ ਜੇ ਤੁਹਾਡੇ ਕੋਲ ਇੱਕ ਫੁੱਲ ਹੈ ਦਰਸ਼ਕੋ ਇੱਕ ਫੁੱਲ ਹੈ ਫੁੱਲ ਆਪਣੀ ਖੁਸ਼ਬੂ ਕਰਕੇ ਹੀ ਜਾਣਿਆ ਜਾਂਦਾ ਜੇ ਤੁਹਾਡੇ ਕੋਲ ਕਲਾ ਖ ਹੈ ਤੇ ਪ੍ਰਨੀਤ ਕੌਰ ਨੂੰ ਦੂਰ ਨੇੜੇ ਤੋਂ ਵੀ ਸੁਣਿਆ ਆਵੇਗਾ ਵੀ ਪ੍ਰਨਿਤ ਕੋਰ ਸਾਡੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਓ ਉਥੇ ਇੱਕ ਡਿਫਰ ਮੈਟਰ ਆ ਗਿਆ ਜਿਹੜੀਆਂ ਤੁਸੀਂ ਪ੍ਰੋਬਲਮਸ ਦਸੀਆਂ ਨੇ ਜਿਵੇਂ ਮਾਪੇ ਕੋਆਪਰੇਟ ਨਹੀਂ ਕਰਦੇ ਕਈ ਵਰੀ ਪ੍ਰਬੰਧਕ ਨਹੀਂ ਕਰਦੇ ਕਈ ਵਰੀ ਅਗਲਾ ਪਰਿਵਾਰ ਨਹੀਂ ਕਰਦਾ ਕਿ ਇਹ ਸਾਰੇ ਰੀਜ਼ਨ ਨੇ ਇਹ ਸਾਰੇ ਕਾਰਨ ਨੇ ਕਿ ਬੱਚੀਆਂ ਸਾਡੀਆਂ ਨਹੀਂ ਅੱਗੇ ਆ ਰਹੀਆਂ ਕੁਝ ਹੱਦ ਤੱਕ ਇਹ ਕਾਰਨ ਹੈ ਨੇ ਤੁਸੀਂ ਕੁਝ ਕਹਿਣਾ ਚਾਹੁੰਦੇ ਪਰ ਖੁੱਲ ਕੇ ਕਹਿ ਨਹੀਂ ਰਹੇ ਕੀ ਐਸਾ ਕਾਰਨ ਹੈ ਕੁਝ ਕਾਰਨ ਨਹੀਂ ਹੈ ਕਿ ਮੈਂ ਹੀ ਕਹਾਂਗੀ ਸਰਲ ਸ਼ਬਦਾਂ ਦੇ ਵਿੱਚ ਕਿ ਲੋਕਾਂ ਦੀ ਜੋ ਸੋਚ ਹੈ ਉਹ ਡਿਵੈਲਪ ਨਹੀਂ ਹੈ ਜੀ ਕਿਉਂਕਿ ਜੇ ਮੇਰਾ ਦੇਖਿਆ ਜਾਏ ਮੇਰਾ ਤਾਂ ਸ਼ੌਂਕ ਹੈ ਹਮ ਮੇਰਾ ਜੋ ਪ੍ਰੋਫੈਸ਼ਨ ਹੈ ਉਹ ਮੇਰਾ ਟੀਚਿੰਗ ਹੈ ਜੀ ਡੈਜ਼ਿਗਨੇਸ਼ਨ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਆਫ ਇਕਨੋਮਿਕਸ ਓਕੇ ਨਾਟ ਫਾਰ 뮤직 ਹਮ ਅਸਿਸਟੈਂਟ ਪ੍ਰੋਫੈਸਰ ਆਫ ਇਕਨੋਮਿਕਸ ਲੇਕਿਨ ਅਗਰ ਲੋਕਾਂ ਦੀ ਸੋਚ ਡਿਵੈਲਪ ਨਹੀਂ ਹੈ ਦੈਨ ਅਸੀਂ ਕੀ ਕਰ ਸਕਦੇ ਹਾਂ ਉੱਥੇ ਜੀ ਜੇ ਅਸੀਂ ਇਹ ਗੱਲ ਕਰੀਏ ਕਿ ਪ੍ਰਚਾਰ ਦੇ ਦੌਰਾਨ ਜਿਵੇਂ ਤੁਸੀਂ ਉੱਚ ਵਿੱਦਿਆ ਹਾਸਲ ਕੀਤੀ ਹੈ ਪ੍ਰਚਾਰ ਦੇ ਦੌਰਾਨ ਅੱਜ ਸਾਡੀ ਇਸ ਲਾਈਨ ਦੇ ਵਿੱਚ ਜਿਵੇਂ ਮੈਂ ਵੀ ਇਸ ਲਾਈਨ ਦੇ ਵਿੱਚ ਆ ਜਾਂ ਤੁਸੀਂ ਇੱਕ ਸ਼ੌਂਕ ਵੱਜੋਂ ਕਰਦੇ ਹੋ ਪੇਸ਼ੇ ਵੱਜੋਂ ਨਹੀਂ ਹੈ ਪ੍ਰੋਫੈਸ਼ਨ ਵੱਜੋਂ ਤੁਸੀਂ ਇਸ ਚੀਜ਼ ਨੂੰ ਨਹੀਂ ਲਿਆ ਇੱਕ ਪਿਆਰ ਵੱਜੋਂ ਲਿਆ ਹੋਇਆ ਹੈ ਇੱਕ ਕੀਰਤਨ ਤੁਹਾਡਾ ਇਸ਼ਕ ਬਣ ਗਿਆ ਹੈ ਤੇ ਉਹਦਾ ਵਾਕਿਆ ਮੁੱਲ ਨਹੀਂ ਪਾਇਆ ਜਾ ਸਕਦਾ ਜੇ ਮੈਂ ਕਹਾ ਕਿ ਅਜ ਧਰਮ ਪ੍ਰਚਾਰ ਦੇ ਦੌਰਾਨ ਐਜੂਕੇਸ਼ਨ ਜਾਂ ਉੱਚ ਵਿੱਦਿਆ ਕਿੰਨੀ ਕੁ ਜ਼ਰੂਰੀ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਰੰਪਰਾਚਾਰ ਦੇ ਦੌਰਾਨ ਉੱਚ ਵਿਦਿਆ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਐਜੂਕੇਸ਼ਨ ਤੋਂ ਬਿਨਾ ਅਸੀਂ ਕਹਾਂਗੇ ਕਿ ਕੋਈ ਇਨਸਾਨ ਪ੍ਰਚਾਰਕ ਨਹੀਂ ਬਣ ਸਕਦਾ ਜੀ ਕੋਈ ਕੀਰਤਨੀ ਨਹੀਂ ਬਣ ਸਕਦਾ ਕਿਉਂਕਿ ਅਗਰ ਕੀਰਤਨ ਦੀ ਸੇਵਾ ਵਾਇਗਰੂ ਸੱਚੇ ਪਾਤਸ਼ਾਹ ਅਗਰ ਲੈਂਦੇ ਆ ਥੈਨ ਉਸ ਦੀ ਸਿੱਖਿਆ ਹਾਸਲ ਕੀਤੀ ਹੈ ਤਾਂ ਹੀ ਅਸੀਂ ਕਰਦੇ ਆ ਜਾਂ ਤਾਂ ਹੀ ਉਹ ਸੇਵਾ ਲੈਂਦੇ ਨੇ ਇਸ ਕਰਕੇ ਮੈਂ ਇਹ ਗੱਲ ਕਹਾਂ ਪਰ ਉਹ ਇੱਕ ਗਿਆਨ ਤੇ ਚਲੋ ਮਾਂ ਦੇ ਕੋਲੋਂ ਵੀ ਸਾਨੂੰ ਗਿਆਨ ਮਿਲਦਾ ਹੈ ਹਾਂਜੀ ਗਿਆਨ ਸਾਨੂੰ ਜੇ ਕੋਈ ਸੱਜਣ ਮਿੱਤਰ ਸਾਨੂੰ ਧੋਖਾ ਦੇ ਦਿੰਦਾ ਤੇ ਅਸੀਂ ਧੋਖੇ ਦੇ ਵਿੱਚੋਂ ਵੀ ਗਿਆਨ ਹਾਸਲ ਕਰਦੇ ਆਂ ਜ਼ਿੰਦਗੀ ਦੀਆਂ ਠੋਕਰਾਂ ਵੀ ਸਾਨੂੰ ਗਿਆਨ ਦਿੰਦੀਆਂ ਨੇ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਜੇ ਕਿਤੇ ਰਾਤ ਕਿਸੇ ਨੂੰ ਰੋਟੀ ਨਾ ਨਸੀਬ ਹੋਵੇ ਤੇ ਉਹ ਵੀ ਇੱਕ ਗਿਆਨ ਦਿੰਦੀ ਹੈ ਕਿ ਰੋਟੀ ਦੀ ਕੀਮਤ ਕੀ ਹੈ ਅੰਨ ਦੀ ਕਦਰ ਕੀ ਹੈ ਗਿਆਨ ਤੇ ਸਾਨੂੰ ਪਲ-ਪਲ ਦੇ ਉਧਰ ਤੇ ਖੁੱਲੀ ਕਿਤਾਬ ਹੈ ਗਿਆਨ ਮਿਲਦਾ ਹੈ ਪਰ ਮੈਂ ਗੱਲ ਕਰਦਾ ਉੱਚ ਵਿਦਿਆ ਦੀ ਜਿਹੜੀ ਤੁਸੀਂ ਨਾਲ ਦੀ ਨਾਲ ਹਾਸਲ ਕਰਦੇ ਪਏ ਹੋ ਕਿ ਅੱਜ ਸਾਨੂੰ ਪ੍ਰਚਾਰ ਦੇ ਦੌਰਾਨ ਉੱਚ ਵਿਦਿਆ ਦੀ ਕਿੰਨੀ ਕੁ ਜ਼ਰੂਰਤ ਹੈ ਉੱਚ ਵਿਦਿਆ ਦੇਖੋ ਬਹੁਤ ਜ਼ਿਆਦਾ ਜ਼ਰੂਰੀ ਹੈ ਮੱਖੂ ਜੀ ਕਿਉਂਕਿ ਜੇਕਰ ਅਸੀਂ ਫੋਰਨ ਕੰਟਰੀਜ਼ ਦੇ ਵਿੱਚ ਵੀ ਜਾਂਦੇ ਆ ਪ੍ਰਚਾਰ ਕਰਨ ਦੇ ਲਈ ਅਗਰ ਸਾਡੇ ਕੋਲ ਉੱਚ ਵਿਦਿਆ ਨਹੀਂ ਹੈ ਥੈਨ ਅਸੀਂ ਆਪਣੇ ਆਪ ਨੂੰ ਇੱਕ ਅਪਾਹਜ ਮਹਿਸੂਸ ਕਰਦੇ ਆ ਆਪਾਂ ਕਿਸੇ ਨਾ ਕਿਸੇ ਤੇ ਡਿਪੈਂਡ ਰਹਿੰਦੇ ਜੀ ਠੀਕ ਹੈ ਨਾ ਇਸ ਲਈ ਅਸੀਂ ਇਹ ਕਹਾਂਗੇ ਕਿ ਉੱਚ ਵਿਦਿਆ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਅਸੀਂ ਕਿਸੇ ਤੇ ਡਿਪੈਂਡ ਨਾ ਰਹਿ ਸਕੀਏ ਜੀ ਅਸੀਂ ਆਪਣੇ ਅਕੋਰਡਿੰਗਲੀ ਆਪਣੀ ਸਮਝ ਦੇ ਨਾਲ ਕਿਉਂਕਿ ਐਜੂਕੇਸ਼ਨ ਦਾ मीनिंग ਹੀ ਅ ਨੌਲੇਜ ਲੈਣੀ ਗਿਆਨ ਲੈਣਾ ਠੀਕ ਹੈ ਨਾ ਔਰ ਅਗਰ ਅਸੀਂ ਗਿਆਨਵਾਨ ਹਾਂ ਅਗਰ ਅਸੀਂ ਉੱਚ ਵਿਦਿਆ ਹਾਸਲ ਕੀਤੀ ਹੈ ਸਾਨੂੰ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਹੈ ਜੀ ਅਸੀਂ ਆਪਣੀ ਸਮਝਦਾਰੀ ਦੇ ਨਾਲ ਹੀ ਅਗਲੇ ਨੂੰ ਜਵਾਬ ਦੇ ਸਕਦੇ ਹਾਂ ਪਨੀਰ ਜੀ ਸਵਾਲਾਂ ਦਾ ਸਿਲਸਲਾ ਆਪਾਂ ਜਾਰੀ ਰੱਖਾਂਗੇ ਪਰ ਸਮਾਂ ਹੋ ਗਿਆ ਦਰਸ਼ਕੋ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਦੇਖ ਤੋਂ ਬਾਅਦ ਦੇਸ਼ ਵਿਦੇਸ਼ ਤੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ ਪੰਨੀਤ ਕੌਰ ਜੀ ਤੁਖਾਨੂੰ ਦੇਖ ਕੇ ਜਿਵੇਂ ਤੁਹਾਡਾ ਕਾਦੀਆਂ ਸ਼ਹਿਰ ਪੈ ਜਾਂਦਾ ਛੋਟਾ ਜਿਹਾ ਕਸਬਾ ਟਾਈਪ ਕਹ ਲੀਏ ਤੁਖਾਨੂੰ ਦੇਖ ਕੇ ਤੁਹਾਡੇ ਆਸ ਪड़ोस ਵਿੱਚੋਂ ਜਾਂ ਰਿਸ਼ਤੇਦਾਰਾਂ ਦੇ ਵਿੱਚੋਂ ਜਾਂ ਫਰੈਂਡ ਸਰਕਲ ਦੇ ਵਿੱਚੋਂ ਹੋਰ ਵੀ ਬੱਚੀਆਂ ਇਸ ਲਾਈਨ ਦੇ ਵਿੱਚ ਆਈਆਂ ਨੇ ਕੀਰਤਨ ਲਾਈਨ ਦੇ ਵਿੱਚ ਵੀਰ ਜੀ ਮੈਂ ਆਪਣੀ ਗੱਲ ਕਰਾਂ ਤੇ ਮੈਂ ਇਹ ਗੱਲ ਕਵਾਂਗੀ ਕਿ ਤੁਸੀਂ ਮੇਰੀ ਛੱਡ ਦਿਓ ਜੀ ਕਿ ਅਸੀਂ ਆਉਣ ਵਾਲੀ ਜੋ ਪਨੀਰੀ ਹੈ ਜੋ ਆਉਣ ਵਾਲੀਆਂ ਬੱਚੀਆਂ ਨੇ ਜੀ ਅਗਰ ਅਸੀਂ ਉਹਨਾਂ ਵਾਸਤੇ ਕੁਝ ਕਰ ਸਕਦੇ ਆ ਨਾ ਤਾਂ ਬਹੁਤ ਜ਼ਿਆਦਾ ਸੁਧਾਰ ਹੋ ਸਕਦਾ ਜੀ ਸਭ ਤੋਂ ਪਹਿਲੇ ਨੰਬਰ ਤੇ ਤੇ ਮੈਂ ਪੇਰੈਂਟਸ ਨੂੰ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਾਂਗੀ ਕਿ ਜਿਹੜੀਆਂ ਬੱਚੀਆਂ ਕਹਿੰਦੀਆਂ ਕਿ ਅਸੀਂ ਕੀਰਤਨ ਸਿੱਖਣਾ ਚਾਹੁੰਦੇ ਆ ਜਾਂ ਅਸੀਂ ਕੀਰਤਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਕੋਆਪਰੇਟ ਕਰਨ ਓਕੇ ਸੈਕੰਡਲੀ ਮੈਂ ਇਹ ਗੱਲ ਕਹਾਂਗੀ ਕਿ ਜਿਹੜੇ ਸਾਡੇ ਪ੍ਰਬੰਧਕ ਵੀਰ ਨੇ ਜਿਵੇਂ ਕਿ ਅਸੀਂ ਆਪਣੇ ਪਹਿਲੇ ਸੈਸ਼ਨ 'ਚ ਗੱਲ ਕੀਤੀ ਹੈ ਕਿ ਪ੍ਰਬੰਧਕ ਸਾਥ ਨਹੀਂ ਦਿੰਦੇ ਜੀ ਕਿ ਜਿਹੜੇ ਸਾਡੇ ਪ੍ਰਬੰਧਕ ਵੀਰ ਨੇ ਜਿਹੜੀਆਂ ਵੀ ਬੱਚੀਆਂ ਨੂੰ ਉਹ ਆਪਣੇ ਕੋਲ ਬੁਲਾ ਰਹੇ ਨੇ ਹਮ ਹਮ ਐਜ਼ ਆ ਕੀਰਤਨ ਜਾਂ ਕੁਛ ਵੀ ਪ੍ਰਚਾਰਕ ਵਾਸਤੇ ਜਾਂ ਟਾਡੀ ਜਥੇ ਵਾਸਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਕਰਨ ਕਿ ਜਿਵੇਂ ਉਹ ਆਪਣੀਆਂ ਬੇਟੀਆਂ ਨੂੰ ਟ੍ਰੀਟ ਕਰਦੇ ਹਨ ਕੀ ਬਾਤ ਹੈ ਠੀਕ ਹੈ ਨਾ ਆਪਣੀਆਂ ਬੇਟੀਆਂ ਨੂੰ ਉਹ ਟ੍ਰੀਟ ਕਰਦੇ ਹਨ ਹਮ ਥਰਡਲੀ ਗੱਲ ਇੱਕ ਮੈਂ ਕਹਿਣਾ ਚਾਹਾਂਗੀ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੈਰਿਸ ਵਿੱਚ ਪ੍ਰੋਬਲਮ ਆਂਦੀ ਹੈ ਜੀ ਥਰਡ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਜਿੱਥੇ ਸੰਯੋਗ ਹੈ ਜੀ ਉੱਥੇ ਮੈਰਿਸ ਹੋ ਜਾਣੀ ਹੈ ਜੀ ਕੋਈ ਰੋਕ ਨਹੀਂ ਸਕਦਾ ਇਸ ਚੀਜ਼ ਨੂੰ ਕੋਈ ਰੋਕ ਨਹੀਂ ਸਕਦਾ ਕਿ ਉਹ ਸੰਯੋਗ ਹੈ ਉੱਥੇ ਹੋ ਜਾਣੀ ਹੈ ਹਮਮ ਲੇਕਿਨ ਅਗਰ ਉਹਨਾਂ ਦੀ ਸੋਚ ਇਹੋ ਜੀ ਹੋਏ ਕਿ ਚਲ ਬੱਚੇ ਤੂੰ ਕੀਰਤਨ ਕਰਨਾ ਤੂੰ ਕਰ ਹਮਮ ਤੂੰ ਕਥਾ ਕਰਨੀ ਹੈ ਤੂੰ ਕਰ ਆਪਣੇ ਘਰਵਲ ਵੀ ਧਿਆਨ ਦੇ ਔਰ ਕੀਰਤਨ ਵੀ ਕਰ ਹਾਂ ਓਕੇ ਲਕੀਰ ਨਾ ਖਿੱਚੀ ਜਾਵੇ ਕੋਈ ਲਕੀਰ ਨਾ ਖਿੱਚੀ ਜਾਵੇ ਇਹੋ ਜਿਹਾ ਇੱਕ ਮਾਈਂਡ ਅਗਰ ਥੋੜਾ ਜਿੰਨਾ ਵੀ ਕਿਸੇ ਦਾ ਡਿਵੈਲਪ ਹੋ ਜਾਂਦਾ 1% 2% 3% ਵੀ ਅਗਰ ਕਿਸੇ ਦਾ ਇਹ ਮਾਈਂਡ ਇੰਨਾ ਕੋ ਡਿਵੈਲਪ ਹੋ ਜਾਂਦਾ ਥੈਨ ਮੈਂ ਇਹ ਕਹਾਂਗੀ ਕਿ ਉਹ ਬੱਚੀਆਂ ਜੋ ਅੱਜ ਦੇ ਟਾਈਮ ਦੇ ਵਿੱਚ ਕੀਰਤਨ ਦੀ ਲਾਈਨ ਦੇ ਵਿੱਚ ਨਹੀਂ ਆ ਰਹੀਆਂ ਜਾਂ ਗੁਰਬਾਣੀ ਦੀ ਲਾਈਨ ਦੇ ਵਿੱਚ ਨਹੀਂ ਆ ਰਹੀਆਂ ਉਹਨਾਂ ਵਾਸਤੇ ਇੱਕ ਵਰਦਾਨ ਸਾਬਿਤ ਹੋਏਗਾ। ਕੀ ਬਾਤ ਹੈ? ਕੀ ਬਾਤ ਹੈ? ਦੇਸ਼ ਵਿਦੇਸ਼ ਦੇ ਦਰਸ਼ਕੋ ਬੱਚੀ ਦੀ ਭਾਵੇਂ ਉਮਰ ਛੋਟੀ ਹੈ ਪਰ ਗੱਲ ਬਹੁਤ ਵੱਡੀ ਕਰ ਦਿੱਤੀ ਹੈ। ਸਾਡੀ ਭੈਣ ਨੇ ਤਿੰਨ ਕਾਰਨ ਦੱਸੇ ਹੈ। ਕਹਿੰਦੇ ਕਿ ਤੁਸੀਂ ਮੇਰੀ ਗੱਲ ਛੱਡ ਦਿਓ ਬਾਕੀ ਬਹੁਤ ਬੱਚੀਆਂ ਆ ਜਾਣਗੀਆਂ ਪਰ ਤਿੰਨ ਕਾਰਨ ਨੇ। ਪਹਿਲਾ ਕਾਰਨ ਹੈ ਮਾਪੇ। ਮਾਪੇ ਬੱਚੇ ਨਾਲ ਪੂਰਾ ਕੋਆਪਰੇਟ ਕਰਨਗੇ। बेटा ਕੋਈ ਗੱਲ ਤੇ ਜਿੱਤਰਾ ਸ਼ੌਂਕ ਹੈ, ਮੈਂ ਸਮੇਂ ਦੇ ਵਿੱਚੋਂ ਸਮਾਂ ਕੱਢਾਂਗਾ। ਕੋਈ ਚੰਗਾ ਉਸਤਾਦ ਲੱਭਾਂਗੇ। ਬੇਟਾ ਤੈਨੂੰ ਕੀਰਤਨ ਦੀ ਸਿਖਲਾਈ ਦਿੰਨੇ ਆ। ਸੈਕੰਡ ਬੱਚੀ ਨੇ ਕਿਹਾ ਖਾਸ ਕਰਕੇ ਪ੍ਰਬੰਧਕਾਂ ਦੇ ਮੈਂ ਆਪਣੇ ਵੱਲੋਂ ਹੱਥ ਜੋੜ ਕੇ ਸਾਰੇ ਪ੍ਰਬੰਧਕ ਸਾਜਨਾ ਨੂੰ ਬੇਨਤੀ ਕਰਦਾ ਮੈਂ ਕਈ ਬਹੁਤ ਚੰਗੇ ਵੀ ਨੇ ਪਰਨੀਤ ਜੀ ਕੁਝ ਐਸੇ ਵੀ ਨੇ ਜਿਹੜੇ ਕੀਰਤਨ ਵਾਲੀਆਂ ਬੱਚੀਆਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਨੇ ਆਪਣੀਆਂ ਬੱਚੀਆਂ ਦੇ ਨਾਲ ਬਿਠਾਉਂਦੇ ਐ ਹਨਾ ਕਿ ਸਾਡੀਆਂ ਬੱਚੀਆਂ ਵੀ ਕੋ ਸੇਧ ਲੈਣਗੀਆਂ ਉਹ ਇੱਕ ਪੂਰਾ ਮਾਹੌਲ ਵੀ ਉਹੋ ਜਿਹਾ ਦੇ ਦਿੰਦੇ ਐ ਮੈਂ ਐਸੇ ਵੀ ਪਰਿਵਾਰ ਦੇ ਦਿੱਤੇ ਐ ਬੱਚੀ ਨੇ ਦੂਸਰਾ ਕਾਰਨ ਦੱਸਿਆ ਸੀ ਕਿ ਪ੍ਰਬੰਧਕ ਇੰਜ ਕੀਰਤਨ ਵਾਲੀਆਂ ਬੱਚੀਆਂ ਨੂੰ ਟਰੀਟ ਕਰਨ ਜਿਵੇਂ ਆਪਣੀਆਂ ਨੂੰ ਕੀਤਾ ਜਾਂਦਾ ਹੈ ਕਿੰਨ ਤੋਂ ਪਬ ਆਪਣੀਆਂ ਧੀਆਂ ਸਮਝਣ ਇਹਨਾਂ ਸੋਚਣ ਵਿੱਚ ਕੀਰਤਨ ਤੇ ਸਦੀਆਂ ਹੋਈਆਂ ਨੇ ਕੀਰਤਨ ਤੇ ਬੁਲਾਇਆ ਹੋਇਆ ਇਹ ਤੇ ਕਿ ਜਥੇ ਧੀਆਂ ਬੀਬੀਆਂ ਨੇ ਨਹੀਂ ਉਹ ਸਾਡੀ ਕੌਮ ਦੀਆਂ ਪ੍ਰਚਾਰਕ ਨੇ ਉਹ ਸਾਡੀਆਂ ਆਪਣੀਆਂ ਭੈਣਾਂ ਨੇ ਸਾਡੀਆਂ ਆਪਣੀਆਂ ਧੀਆਂ ਨੇ ਇਸ ਤਰੀਕੇ ਨਾਲ ਸਮਝਿਆ ਜਾਵੇ ਤੇ ਤੀਸਰਾ ਕਾਰਨ ਦੱਸਿਆ ਗਿਆ ਕਿ ਜਿਹੜਾ ਸਹੌਰਾ ਪਰਿਵਾਰ ਹੈ ਉਹ ਲਕੀਰ ਨਾ ਖਿੱਚ ਦਵੇ ਕਿ ਨਾ ਕੀਰਤਨ ਤੇ ਕਰਨੀ ਨਹੀਂ ਦੇਣਾ ਹਾਂ ਇਹ ਗੱਲ ਦੱਸੀ ਜਾ ਸਕਦੀ ਹੈ ਕਿ ਬੱਚੀ ਤੂੰ ਕੀਰਤਨ ਵਿੱਚ ਕਰਿਆ ਕਰ ਪਰ ਬੇਟਾ ਪ ਘਰ ਵੀ ਸੰਭਲਣਾ ਹੈ ਆਪਾਂ ਘਰ ਵੀ ਦੇਖਣਾ ਘਰ ਦੇ ਵਿੱਚ ਤੇਰੀ ਬਜ਼ੁਰਗ ਦਾਦੀ ਵੀ ਹੈ ਦਾਦੀ ਸੱਸ ਜੀ ਨੂੰ ਆਪਾਂ ਕਹਿ ਦਿੱਤਾ ਜਾਂਦਾ ਹੈ ਜਾਂ ਘਰ ਦੇ ਵਿੱਚ ਬਜ਼ੁਰਗ ਵੀ ਹੈ ਆਪਾਂ ਉਹਨਾਂ ਦੀ ਵੀ ਸਾਂਭ ਸੰਭਾਲ ਕਰਨੀ ਆਪਾਂ ਘਰ ਵੀ ਸੰਭਣਾ ਪਰ ਵਿੱਚੋਂ ਜਿਸ ਦਿਨ ਸਮਾਂ ਲੱਗਿਆ ਕਰੇਗਾ ਆਪਾਂ ਜ਼ਰੂਰ ਕੀਰਤਨ ਤੇ ਤੇਰੇ ਨਾਲ ਚੱਲ ਪਿਆ ਕਰਾਂਗੇ ਮੇਰੇ ਖਿਆਲ ਦੇ ਵਿੱਚ ਕੋਈ ਵੀ ਪਰਿਵਾਰਚੀ ਇਸ ਤਰ੍ਹਾਂ ਦੀ ਬੱਚੀ ਤੇ ਨਹੀਂ ਜਿਹੜੀ ਕਾਂਟਾ ਮਾਰ ਕੇ ਕਹੇਗੀ ਨਾ ਮੈਂ ਤੇ ਬਾਹਰ ਪਹਿਲਾਂ ਦੇਖਾਂਗੀ ਬਾਹਰਲੇ ਪ੍ਰੋਗਰਾਮ ਦੇਖਾਂਗੀ ਫਿਰ ਮੈਂ ਘਰ ਦੇਖਾਂਗੀ ਐਸਾ ਤੇ ਮੇਰੇ ਕੋਲ ਬੱਚੀ ਵੀ ਨਹੀਂ ਕਰਦੀ ਕੋਈ ਕੋਈ ਬੱਚੀ ਬਹੁਤ ਘੱਟ ਬੱਚੀਆਂ ਹੋਣਗੀਆਂ ਕਿਉਂਕਿ ਦੇਖੋ ਇਕੱਲਕੇ ਦਾ ਟੀਚਿੰਗ ਲਾਈਨ ਵੀ ਹੈ ਅਗਰ ਇੱਕ ਜਿਹੜੀ ਟੀਚਰ ਹੈ ਕਿਉਂਕਿ ਮੈਂ ਖੁਦ ਇਸ ਲਾਈਨ ਦੇ ਵਿੱਚ ਆ ਮੈਂ ਸਮਝਦੀ ਆ ਔਰ ਮੈਂ ਮਹਿਸੂਸ ਵੀ ਕਰਦੀ ਆ ਕਿ ਟੀਚਰਸ ਜਿਹੜੇ ਆ ਸਵੇਰੇ ਪਹਿਲਾਂ ਆਪਣਾ ਘਰ ਦਾ ਕੰਮ ਕਰਕੇ ਆਂਦੇ ਸਾਰਾ ਦਿਨ ਆਪਣੀ ਜੋ 6 ਘੰਟੇ ਦੀ ਉਹਨਾਂ ਦੀ ਡਿਊਟੀ ਹੈ ਔਨ ਡਿਊਟੀ ਤੇ ਉਹ ਆਪਣਾ ਕੰਮ ਕਰਦੇ ਆਂ ਜਾਂ ਕੇ ਫਿਰ ਕਰਦੇ ਆ ਉਹ ਆਪਣਾ ਘਰ ਵੀ ਪਿੱਛੇ ਨਹੀਂ ਪਾਉਂਦੇ ਔਰ ਆਪਣਾ ਕੰਮ ਵੀ ਕਰਦੇ ਆ ਕੀ ਕੀਰਤਨ ਦੇ ਦੌਰਾਨ ਵੀ ਐਸਾ ਹੋ ਸਕਦਾ ਬਿਲਕੁਲ ਹੋ ਸਕਦਾ ਅਗਰ ਸਾਰੀ ਫੈਮਲੀ ਐਡਜਸਟ ਕਰੇ ਤਾਂ ਓਕੇ ਔਰ ਬੱਚੇ ਵੀ ਐਡਜਸਟ ਕਰੇ ਤਾਂ ਜੀ ਆਦਰਵਾਇਜ਼ ਨਹੀਂ ਅਡਜਸਟਮੈਂਟ ਇੱਕ ਇੰਡੀਵਿਜੂਅਲ ਦੀ ਨਹੀਂ ਹੈ ਅਡਜਸਟਮੈਂਟ ਸਭ ਦੀ ਸਾਂਝੀ ਹੁੰਦੀ ਹੈ ਮੈਂ ਇੱਕ ਹੋਰ ਤੁਹਾਨੂੰ ਗੱਲ ਪੁੱਛਣੀ ਚਾਹੁੰਨਾ ਪ੍ਰਚਾਰ ਕੱਲਾ ਇਹ ਥੋੜਾ ਵੀ ਗੁਰਦੁਆਰਾ ਸੇਵ ਦੀ ਸਟੇਜ 'ਤੇ ਹੋ ਸਕਦਾ ਆ ਸਿਆਣੇ ਕਹਿੰਦੇ ਨੇ ਸੌਦਾ ਵੇਚਣ ਦਾ ਢੰਗ ਆਉਣਾ ਚਾਹੀਦਾ ਆ ਜਿਵੇਂ ਹੁਣ ਤੁਸੀਂ ਹੋ ਠੀਕ ਹੈ ਜੀ ਤੁਸੀਂ ਹੁਣ ਬੱਚਿਆਂ ਨੂੰ ਜਦੋਂ ਪੜਾ ਰਹੇ ਹੋ ਟੀਚਿੰਗ ਲਾਈਨ ਦੇ ਵਿੱਚ ਤੇ ਕੁਦਰਤੀ ਗੱਲ ਹੈ ਤੁਸੀਂ ਉਸ ਵਕਤ ਕੋ ਗੁਰਬਾਣੀ ਦੀ ਤੋਕ ਦਾ ਪ੍ਰਚਾਰ ਵੀ ਕਰ ਸਕਦੇ ਹੋ ਦੱਸਿਆ ਜਾ ਸਕਦਾ ਆ ਹੈ ਨਾ ਜਾਂ ਕੋਈ ਜਿਹੜੀਆਂ ਐਗਜ਼ਾਮਪਲਸ ਨੇ ਉਹਦੇ ਦੌਰਾਨ ਅਸੀਂ ਸਿੱਖ ਹਿਸਟਰੀ ਦੇ ਵਿੱਚੋਂ ਕੋਈ ਐਸੀ ਚੀਜ਼ ਦੱਸ ਸਕਦੇ ਹਾਂ ਜਾਂ ਕਿਸੇ ਵੀ ਤਰੀਕੇ ਨਾਲ ਆਪਣੀ ਗੱਲ ਕਹੀ ਜਾ ਸਕਦੀ ਹੈ ਜ਼ਰੂਰੀ ਨਹੀਂ ਕਿ ਪ੍ਰਚਾਰ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਬੈਠ ਕੇ ਹੁੰਦਾ ਆ ਅਸੀਂ ਕਾਲਜ ਵਿੱਚ ਵੀ ਕਰ ਸਕਦੇ ਹਾਂ ਆਪਾਂ ਇਹਨੂੰ ਇਸ ਰੂਪ ਦੇ ਵਿੱਚ ਲੈ ਲਈਏ ਕਿ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਪ੍ਰਚਾਰ ਕਰਨ ਵਾਲੇ ਤੇ ਬਹੁਤ ਨੇ ਕੋ ਸਾਡੀਆਂ ਭੈਣਾਂ ਨੇ ਜਾਂ ਸਾਡੇ ਵੀਰ ਨੇ ਪਰ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਜੇ ਬੱਚਿਆਂ ਨੂੰ ਤੁਸੀਂ ਗੁਰਮਤ ਬਾਰੇ ਦੱਸਣਾ ਹੋਵੇ ਜਾਂ ਅਮੀਰ ਵਿਰਸੇ ਬਾਰੇ ਦੱਸਣਾ ਹੋਵੇ ਤੇ ਉਹ ਤੁਹਾਡਾ ਆਪਣਾ ਟੰਕ ਕੀ ਹੈ ਦੇਖੋ ਵੀਰ ਜੀ ਇੱਕ ਨਾ ਸਿੰਪਲ ਜੀ ਗੱਲ ਹੁੰਦੀ ਹੈ ਜੀ ਸਿੰਪਲ ਜੀ ਗੱਲ ਕੀ ਹੈ ਕਿ ਜਦੋਂ ਅਸੀਂ ਪੜ੍ਹਾਉਂਦੇ ਆ ਨਾ ਅਸੀਂ ਇੱਕ ਰੀਅਲ ਲਾਈਫ ਸਿਚੁਏਸ਼ਨਸ ਕ੍ਰੀਏਟ ਕਰਨੀਆਂ ਹੁੰਦੀਆਂ ਜੋ ਸਾਨੂੰ ਸਿਖਾਇਆ ਜਾਂਦਾ ਡੈਟ ਇਨ ਦਾ ਬੀਐਡ ਜਾਂ ਟੀਚਿੰਗ ਕੋਰਸ ਦੇ ਵਿੱਚ ਕਿ ਅਸੀਂ ਇੱਕ ਨਾ ਰੀਅਲ ਸਿਚੁਏਸ਼ਨ ਕ੍ਰੀਏਟ ਕਰਨੀ ਹੁੰਦੀ ਹੈ ਰੀਅਲ ਸਿਚੁਏਸ਼ਨ ਕਿਵੇਂ ਕ੍ਰੀਏਟ ਹੁੰਦੀ ਹੈ ਕਿ ਅਸੀਂ ਅਗਲੇ ਦਾ ਮਾਈਂਡ ਪੜ੍ਹਨਾ ओके ਅਗਲੇ ਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਔਰ ਸਾਡੀ ਕਲਾਸ ਦੇ ਵਿੱਚ 15 ਬੱਚੇ ਬੈਠੇ ਆ ਸਾਰਿਆਂ ਦਾ ਪੜਨ ਵੱਲ ਧਿਆਨ ਨਹੀਂ ਹੋਏਗਾ ਓਕੇ ਅਸੀਂ ਸਮਝਦੇ ਹਾਂ ਇਸ ਗੱਲ ਨੂੰ ਜੇ ਕੋਈ ਤੁਸੀਂ ਕਥਾ ਕਰ ਰਹੇ ਹੋ ਸਾਰੇ ਕਥਾ ਨਹੀਂ ਸੁਣ ਰਹੇ ਨਹੀਂ ਸੁਣਦੇ ਹੁੰਦੇ ਨਹੀਂ ਸੁਣਦੇ ਹੁੰਦੇ ਔਰ ਜੇ ਅਸੀਂ ਪੜਾ ਰਹੇ ਆ ਇਹ ਜ਼ਰੂਰੀ ਨਹੀਂ ਕਿ ਸਾਰੇ ਬੱਚੇ ਪੜ ਰਹੇ ਆ ਜੀ ਕਿਸੇ ਵੇਲੇ ਹਫਤੇ ਦੇ ਵਿੱਚ ਇੱਕ ਅੱਧਾ ਦਿਨ ਐਸਾ ਵੀ ਹੁੰਦਾ ਬੱਚੇ ਕਹਿੰਦੇ ਆ ਨਹੀਂ ਅੱਜ ਲੈਕਚਰ ਨਹੀਂ ਲਗਾਣਾ ਹਮ ਅਸੀਂ ਦੇਖਦੇ ਆਂ ਇਦਾਂ ਔਰ ਜਾਂ ਫਿਰ ਬੱਚੇ ਕਲਾਸ ਦੇ ਵਿੱਚ ਆ ਜਾਂਦੇ ਆ ਉਹ ਆਪਣੀ ਕੈਲੋ ਫੇਸ ਐਕਸਪ੍ਰੈਸ਼ਨਸ ਬੱਚਿਆਂ ਦੇ ਇਹੋ ਜਿਹੇ ਹੋ ਜਾਂਦੇ ਆ ਚ ਪੜਨ ਦਾ ਮੂਡ ਨਹੀਂ ਹੈ ਸਾਨੂੰ ਇਸ ਚੀਜ਼ ਨੂੰ ਸਮਝਣਾ ਪਊਗਾ ਔਰ ਇਸ ਚੀਜ਼ ਨੂੰ ਮੈਂ ਇਹ ਗੱਲ ਕਵਾਂਗੀ ਕਿ ਇਸ ਚੀਜ਼ ਨੂੰ ਮੈਂ ਜ਼ਿਆਦਾ ਧਿਆਨ ਦੇ ਵਿੱਚ ਰੱਖਦੀ ਆ ਔਰ ਜਿਸ ਟਾਈਮ ਮੈਂ ਦੇਖਦੀ ਆ ਕਿ ਹਾਂ ਅੱਜ ਕੋਈ ਸ਼ਹੀਦੀ ਦਿਹਾੜਾ ਜਾਂ ਫਿਰ ਅੱਜ ਕੋਈ ਪ੍ਰਕਾਸ਼ ਪੁਰਬ ਹੈ ਚਾਹੇ ਗੁਰੂ ਅਰਜਨ ਦੇਵ ਜੀ ਦਾ ਚਾਹੇ ਸਾਡੇ ਗੁਰੂ ਸਹਿਬਾਨਾਂ ਦਾ ਜਾਂ ਸਾਡੇ ਸ਼ਹੀਦਾਂ ਜੀ ਦਾ ਜੋ ਵੀ ਪ੍ਰਕਾਸ਼ ਪੁਰਬ ਹੈ ਜਾਂ ਅਸੀਂ ਕਹਿ ਸਕਦੇ ਆ ਕੋਈ ਸ਼ਹੀਦੀ ਦਿਹਾੜਾ ਆਇਆ ਮੈਂ ਆਪਣੇ ਲੈਕਚਰ ਦੇ ਵਿੱਚ ਥੋੜਾ ਟਾਈਮ ਇਸ ਚੀਜ਼ ਵਾਸਤੇ ਜ਼ਰੂਰ ਕੱਢਦੀ ਆ ਚਾਹੇ 5 ਮਿੰਟ ਕੱਢਾਂ ਚਾਹੇ 7 ਮਿੰਟ ਕੱਢਾਂ ਔਰ ਅਗਰ ਮੈਂ ਦੇਖਦੀ ਆ ਬੱਚਿਆਂ ਦਾ ਮਨ ਨਹੀਂ ਹੈ ਉਹਨਾਂ ਨੂੰ ਮੈਂ ਕੋਈ ਨਾ ਕੋਈ ਸਾਖੀ ਜ਼ਰੂਰ ਸੁਣਾਉਂਦੀ ਆ ਔਰ ਮੇਰੇ ਨਾਲ ਤਕਰੀਬਨ ਐਦਾਂ ਹੁੰਦਾ ਕਿ ਅਗਰ ਮੈਂ ਸਾਖੀ ਸੁਣਾ ਰਹੀ ਆ ਨਾ ਨੈਕਸਟ ਡੇ ਮੈਨੂੰ ਕਹਿੰਦੇ ਆ ਮੈਮ ਪਹਿਲਾਂ ਨਾ ਆਪਣੀ ਕੱਲ ਵਾਲੀ ਸਾਖੀ ਕੰਪਲੀਟ ਕਰੋ ਫਿਰ ਅਸੀਂ ਪੜਨਾ ਓਕੇ ਇਹੋ ਜਿਹੀ ਸਿਚੁਏਸ਼ਨਸ ਵੀ ਸਾਨੂੰ ਕ੍ਰੀਏਟ ਕਰਨੀਆਂ ਪੈਂਦੀਆਂ ਕਿਉਂਕਿ ਅਗਰ ਅਸੀਂ ਇਹ ਚੀਜ਼ ਨਹੀਂ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਜੋੜਾਂਗੇ ਅਕਸਰ ਜਿੱਥੇ ਅਸੀਂ ਪੜਾ ਰਹੇ ਹਾਂ ਮੈਂ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਦੇ ਵਿੱਚ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਮੈਂ ਟੀਚ ਕਰ ਰਹੀ ਹਾਂ ਔਰ ਬਾਬਾ ਅਜੈ ਸਿੰਘ ਜੀ ਜਿਹੜੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਸਨ ਜੀ ਅਗਰ ਮੈਂ ਉੱਥੇ ਟੀਚ ਕਰ ਰਹੀ ਹਾਂ ਔਰ ਮੇਰਾ ਵੀ ਇਹ ਫਰਜ਼ ਹੈ ਨਹੀਂ ਜੀ ਫਰਜ਼ ਵੀ ਹੈ ਕਿ ਮੈਂ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਲਾਈ ਵੀ ਦਵਾਂ ਮੈਂ ਦੱਸਾਂ ਪਾਪਾ ਜੀ ਸਿੰਘ ਕੋਨ ਸੀ ਹਾਂ ਇਹ ਵੀ ਬੜੀ ਬੇਸ਼ਰਮ ਵਾਲੀ ਗੱਲ ਹੈ ਕਿ ਜਿੰਨਾ ਸ਼ਹੀਦਾਂ ਦੇ ਨਾਮ ਦੇ ਉੱਪਰ ਸਕੂਲ ਜਾਂ ਕਾਲਜ ਬਣਾਏ ਹੁੰਦੇ ਨੇ ਕਈ ਵਾਰੀ ਉਸ ਕਾਲਜ ਦੇ ਵਿੱਚ ਦਰਸ਼ਕੋਂ ਅਸੀਂ ਖੁਦ ਕਈ ਵਾਰੀ ਚੀਜ਼ ਮਹਿਸੂਸ ਕੀਤੀ ਹੈ ਕੈਮਰਾ ਲੈ ਕੇ ਬਕਾਇਦਾ ਕੈਮਰਾ ਮਾਈਕ ਲੈ ਕੇ ਜਦੋਂ ਅਸੀਂ ਉਸ ਕਾਲਜ ਦੇ ਵਿੱਚ ਚਲੇ ਜਾਂਦੇ ਆ ਤੇ ਜਾ ਕੇ ਪੁੱਛਦੇ ਆਂ ਵੀ ਇਸ ਸ਼ਹੀਦ ਦੇ ਨਾਮ ਦੇ ਉੱਪਰ ਕਾਲਜ ਦੇ ਇਹਨਾਂ ਦੀ ਸ਼ਹਾਦਤ ਬਾਰੇ ਕੁਝ ਪਤਾ ਹੈ ਤੇ ਬੜੇ ਹੈਰਾਨ ਹੋ ਜਾਂਦੇ ਆਂ ਬੱਚੇ ਜਦੋਂ ਜਵਾਬ ਦਿੰਦੇ ਕਹਿੰਦੇ ਸਾਨੂੰ ਨਹੀਂ ਪਤਾ ਇਹ ਵੀ ਸਾਡੇ ਲਈ ਇੱਕ ਬੜੀ ਵੱਡੀ ਸ਼ਰਮ ਦੀ ਗੱਲ ਹੈ ਗੁਰੂਆਂ ਦੇ ਨਾਮ ਦੇ ਉੱਪਰ ਸਕੂਲ ਕਾਲਜ ਹੁੰਦੇ ਨੇ ਪਰ ਉੱਥੇ ਗੁਰੂਆਂ ਦੀ ਕੋਈ ਵਿਚਾਰਧਾਰਾ ਮੈਨੂੰ ਨਹੀਂ ਕਹਿੰਦਾ ਕਿ ਤੁਸੀਂ ਆਪਣਾ ਧਰਮ ਕਿਸੇ ਤੇ ਥੋਪੋ ਕਿਉਂਕਿ ਥੋਪਿਆ ਨਹੀਂ ਜਾਂਦਾ ਇਹ ਦੱਸਿਆ ਜਾਂਦਾ ਹੁੰਦਾ ਆ ਪਰ ਘਟੂ ਘਟ ਜਿਹੜੇ ਇੱਕ ਨੈਤਿਕਤਾ ਦੀਆਂ ਗੱਲਾਂ ਨੇ ਇੱਕ ਸਾਂਝਾ ਜਿਹਾ ਸਿਲੇਬਸ ਹੈ ਜੇ ਇਨਸਾਨੀਅਤ ਉਰਖਾਨੀਅਤ ਦੀਆਂ ਬਾਤਾਂ ਨੇ ਉਹ ਤੁਸੀਂ ਘਟੂ ਘਟ ਬੱਚਿਆਂ ਨੂੰ ਪਾਈਆਂ ਜਾ ਸਕਦੀਆਂ ਨੇ ਜੀ ਬਿਲਕੁਲ ਔਰ ਇੱਕ ਫਰਜ਼ ਸਾਡਾ ਹੋਰ ਹੋਣਾ ਚਾਹੀਦਾ ਕਿ ਅਸੀਂ ਜਦੋਂ ਇੱਕ ਪੱਖ ਨੂੰ ਲੈ ਕੇ ਗੱਲ ਕਰਦੇ ਆ ਨਾ ਜੀ ਕਿ ਮਤਲਬ ਹਾਂਜੀ ਜੋ ਸਾਡਾ ਤਰ੍ਹਾਂ ਹੈ ਉਹ ਸਾਡਾ ਹੀ ਹੈ ਜੀ ਉੱਥੇ ਆ ਕੇ ਕਿਉਂਕਿ ਸਾਡੀ ਕਲਾਸ ਦੇ ਵਿੱਚ ਸਾਡੀ ਇੱਕ ਟੀਚਿੰਗ ਦੇ ਵਿੱਚ ਸਭ ਤਰ੍ਹਾਂ ਦੇ ਬੱਚੇ ਬੈਠੇ ਆ ਹਮਮ ਕਈ ਸਾਨੂੰ ਨੋਟ ਕਰਦੇ ਆ ਸਿਰਫ ਸਾਡੇ ਕੋਲ ਸਵਾਲ ਹੀ ਪੁੱਛਦੇ ਆ ਹਮਮ ਕਈ ਸਿਰਫ ਕਹਿੰਦੇ ਕਿ ਹਾਂਜੀ ਸਾਨੂੰ ਆਨਸਰ ਦੋ ਪਤਾ ਸਭ ਹੁੰਦਾ ਹੈ ਲੇਕਿਨ ਫਿਰ ਵੀ ਪੁੱਛਦੇ ਆ ਸਵਾਲ ਪੁੱਛਦੇ ਆ ਸਾਨੂੰ ਸਵਾਲ ਤੇ ਸਵਾਲ ਪੁੱਛਦੇ ਆ ਹਮ ਇਸ ਕਰਕੇ ਜਦੋਂ ਅਸੀਂ ਇਹ ਚੀਜ਼ਾਂ ਨੋਟ ਕਰਦੇ ਆ ਅਸੀਂ ਇੱਕੋ ਗੱਲ ਸੋਚਦੇ ਆ ਕਿਉਂਕਿ ਮੈਂ ਆਪਣੇ 1 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਵੈਸੇ ਮੈਂ ਪਹਿਲਾਂ ਵੀ ਟੀਚ ਕੀਤਾ ਹੋਇਆ ਲੇਕਿਨ ਮੇਰੀ ਪ੍ਰੋਪਰ ਜੋ ਹੈਗੀ ਹੈ ਐਕਸਪੀਰੀਅੰਸ ਹੈ 1 ਸਾਲ ਦਾ 1 ਸਾਲ ਦੀ ਟੀਚਿੰਗ ਦੇ ਵਿੱਚ ਐ ਮੈਂ ਸਭ ਨੋਟ ਕੀਤਾ ਬੱਚੇ ਸਵਾਲ ਤੇ ਸਵਾਲ ਪੁੱਛਦੇ ਆ ਔਰ ਸਾਡੀ ਇੱਕ ਰੂਮ ਦੇ ਵਿੱਚ ਕਈ ਤਰ੍ਹਾਂ ਦੇ ਬੱਚੇ ਬੈਠੇ ਹੁੰਦੇ ਆ ਹਿੰਦੂ ਬੈਠੇ ਆ ਮੁਸਲਿਮਸ ਬੈਠੇ ਆ ਸਿੱਖਸ ਬੈਠੇ ਆ ਔਰ ਕ੍ਰਿਸਚੀਅਨਸ ਬੈਠੇ ਹੋਏ ਆ ਅਸੀਂ ਉਸ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਹੈਂਡਲ ਕਰਨਾ ਕਿ ਉਹ ਇਹ ਨਾ ਸੋਚਣ ਕਿ ਆਪਣੇ ਧਰਮ ਨੂੰ ਬੜਾਵਾ ਦੇ ਰਿਹਾ ਉਹ ਸਾਨੂੰ ਨੀਵੇਂ ਲੈ ਕੇ ਜਾ ਰਿਹਾ ਹੈ ਜੀ ਸੰਜੀਵਾਲਤਾ ਦਾ ਉਪਦੇਸ਼ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਉਸ ਚੀਜ਼ ਨੂੰ ਅਸੀਂ ਇੱਕ ਮੇਨ ਟੌਪਿਕ ਲੈ ਕੇ ਚੱਲਣਾ ਅਸੀਂ ਇਹ ਨਹੀਂ ਕਰਨਾ ਕਿ ਅਸੀਂ ਉੱਚਿਆਂ ਜੀ ਤੁਸੀਂ ਨੀਵੇਂ ਅਸੀਂ ਨੋਰਮਲ ਦੇਖਦੇ ਹਾਂ ਨੋਰਮਲ ਲਾਈਫ ਤੇ ਵਿੱਚ ਵੀ ਦੇਖਦੇ ਹਾਂ ਜੀ ਬਿਜ਼ਨਸ ਦੇ ਵਿੱਚ ਵੀ ਦੇਖਦੇ ਹਾਂ ਹਰ ਇੱਕ ਜਗ੍ਹਾ ਤੇ ਅਸੀਂ ਇਹ ਚੀਜ਼ ਦੇਖਦੇ ਹਾਂ ਸੋ ਡੈਟ ਕਿ ਥੋੜਾ 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 ਹਰ ਜਗ੍ਹਾ ਤੇ ਅਡਜਸਟਮੈਂਟ ਕਰਨੀ ਪੈਂਦੀ ਹੈ ਔਰ ਮਾਈਂਡ ਸਮਝਣਾ ਪੈਂਦਾ ਹੈ ਜੀ ਤੁਸੀਂ ਜੇ ਹੁਣ ਮੈਂ ਤੁਹਾਨੂੰ ਇਹ ਗੱਲ ਪੁੱਛਾਂ ਕਿ ਤੁਸੀਂ ਆਪਣੇ ਨਾਮ ਨਾਲ ਪ੍ਰੋਫੈਸਰ ਪ੍ਰਨੀਤ ਕੌਰ ਲਗਾ ਕੇ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹੋ ਕਿ ਕੀਰਤਨੀਏ ਜਾਂ ਬੀਬੀ ਪ੍ਰਨੀਤ ਕੌਰ ਲਗਾ ਕੇ ਤੇ ਇਹਦਾ ਤੁਸੀਂ ਕੀ ਜਵਾਬ ਦਿਓਗੇ ਦੇਖੋ ਖੁਸ਼ੀ ਦੋਨਾਂ ਵਿੱਚ ਹੀ ਹੈ ਹੂੰ ਜੇ ਮੈਂ ਇਹ ਕਵਾਂਗੀ ਪ੍ਰੋਫੈਸਰ ਪ੍ਰਨੀਤ ਕੌਰ ਕਾਦੀਆਂ ਹੂੰ ਉਹਦੇ ਵਿੱਚ ਵੀ ਖੁਸ਼ੀ ਹੈ ਕਿਉਂਕਿ ਉਹ ਵੀ ਮੇਰੀ ਮਿਹਨਤ ਹੈ ਜੀ ਔਰ ਜੇ ਮੈਂ ਕਹਾਂਗੀ ਬੀਬਾ ਪ੍ਰਨੀਤ ਕੌਰ ਕਾਦੀਆਂ ਹੂੰ ਉਹਦੇ ਵਿੱਚ ਵੀ ਮੇਰੀ ਮਿਹਨਤ ਹੈ ਉਹਦੇ ਵਿੱਚ ਵੀ ਮੇਰੀ ਖੁਸ਼ੀ ਹੈ ਲੇਕਿਨ ਇਹ ਹੈ ਕਿ ਹੁਣ ਪਹਿਲੇ ਮੈਨੂੰ ਸੰਗਤ ਬੀਬਾ ਪ੍ਰਨੀਤ ਕੌਰ ਕਾਦੀਆਂ ਦੇ ਨਾਮ ਨਾਲ ਜਾਣਦੀ ਸੀ ਔਰ ਹੁਣ ਪ੍ਰੋਫੈਸਰ ਪ੍ਰਨੀਤ ਕੌਰ ਕਾਦੀਆਂ ਦੇ ਨਾਮ ਨਾਲ ਜਾਣਦੀ ਹੈ ਹੂੰ ਔਰ ਸੰਗਤ ਦਾ ਪਿਆਰ ਬਹੁਤ ਕੁਝ ਹੈ ਇਸ ਕਰਕੇ ਮੈਂ ਦੋਨੋਂ ਪਾਸਿਓਂ ਤੋਂ ਖੁਸ਼ ਹਾਂ ਕੋਈ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਪ੍ਰੋਫੈਸਰ ਲਗਾ ਕੇ ਖੁਸ਼ ਹਾਂ ਜਾਂ ਬੀਬਾ ਲਗਾ ਕੇ ਖੁਸ਼ ਹਾਂ ਓਕੇ ਨਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪਰ ਸਾਡੀਆਂ ਦੇਸ਼ ਵਿਦੇਸ਼ ਦੀਆਂ ਜੜੀਆਂ ਭੈਣਾਂ ਅਕਾਲ ਚੈਨਲ ਦੇਖ ਰਹੀਆਂ ਨੇ ਇਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਆਪਣੇ ਵੱਲੋਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਪਰਸ਼ਾ ਜੀ ਦਾ ਸਿਮਰਨ ਕਰੋ ਸਹਿਜ ਆਪਣੀ ਅਬ ਸਹਿਜ ਇੱਕ ਅਵਸਥਾ ਦੇ ਵਿੱਚ ਆਪਾਂ ਆਪਣਾ ਹਰ ਇੱਕ ਕੰਮ ਜਿਹੜਾ ਹੈਗਾ ਉਹ ਪੂਰਾ ਕਰਨਾ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਸਿਰਫ ਬਾਹਰ ਦੇ ਕੰਮ ਕਰਨੇ ਆ ਅਸੀਂ ਆਪਣੇ ਘਰਵਾਲੇ ਵੀ ਧਿਆਨ ਦੇਣਾ ਤਾਂ ਕਿ ਕੱਲ ਨੂੰ ਸਾਡੇ ਤੇ ਕੋਈ ਉਂਗਲ ਚੁੱਕ ਕੇ ਇਹ ਨਾ ਕਹੇ ਕਿ ਇਹਨੇ ਆਪਣੇ ਘਰਵਾਲੇ ਨਹੀਂ ਧਿਆਨ ਦਿੱਤਾ ਸਿਰਫ ਬਾਹਰ ਦਾ ਕੰਮ ਕਰਦੀ ਹੈ ਸਿੱਖ ਕੌਮ ਦੇ ਵਿੱਚ ਅਸੀਂ ਇੱਕ ਆਪਣੀ ਵਿਲੱਖਣ ਸ਼ਖਸੀਅਤ ਆਪਣੀ ਬਣਾਈਏ ਕਿਉਂਕਿ ਸਾਡੀ ਸਿੱਖ ਕੌਮ ਦੇ ਵਿੱਚ ਬੜੀਆਂ ਮਾਈ ਭਾਗੋ ਵਰਗੀਆਂ ਜਿਨ੍ਹਾਂ ਨੇ ਤਲਵਾਰ ਫੜੀ ਇਹੋ ਜਿਹੀਆਂ ਔਰਤਾਂ ਵੀ ਇਹੋ ਜਿਹੀਆਂ ਬੀਬੀਆਂ ਵੀ ਹਨ ਮਹਾਰਾਣੀ ਜਿੰਦਾ ਇਹੋ ਜਿਹੀਆਂ ਵੀ ਹਨ ਅਸੀਂ ਇੱਕ ਚੰਗੀ ਸ਼ਖਸੀਅਤ ਬਣ ਕੇ ਦੁਨੀਆ ਦੇ ਸਾਹਮਣੇ ਆਈਏ ਅਸੀਂ ਇਹ ਨਹੀਂ ਹੈ ਕਿ ਅਸੀਂ ਜੇ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਜੁੜੇ ਹੋਏ ਆ ਸਾਡੇ ਫਾਦਰ ਨੇ ਸਾਡੇ ਮਦਰ ਨੇ ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਆ ਤੇ ਅਸੀਂ ਇਹ ਵੀ ਸੋਚੀਏ ਕਿ ਅਸੀਂ ਬਾਜਾਂ ਵਾਲੀਆਂ ਧੀਆ ਵੀ ਆ ਜੀ 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 ਅਸੀਂ ਇਹ ਵੀ ਸੋਚੀਏ ਵੀ ਅਸੀਂ ਰੋਲ ਮਾਡਲ ਉਹਨਾਂ ਮਾਤਾ ਪਿਤਾ ਕੋਰ ਜੀ ਹਰਾਨੂੰ ਬਣਾਈਏ ਤੁਹਾਡਾ ਦਿਲ ਦੀਆਂ ਗਹਿਰਿਆਂ ਤੋਂ ਧੰਨਵਾਦ ਸੋ ਦਰਸ਼ਕੋ ਅਗਲੇ ਹਫਤੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਆਵਾਂਗਾ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੋ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ